वागुरु जी का खालसा वागुरु जी की फतेह गुरु नानक नाम लेवा साध संगत जियो कलगिया वाले बाजा वाले साहेब दसमेश पिता गुरु गोबिंद सचे पातशाह महाराज जी दंगत ਪੂਰੀ ਦੁਨੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਵਸ ਰਹੀਆਂ ਹਨ ਕਿਰਤ ਕਮਾਈ ਵੀ ਕਰਦੀਆਂ ਪਈਆਂ ਹਨ ਨਾਮ ਵੀ ਜਪਦੀਆਂ ਹਨ ਸਿਮਰਨ ਕਰਦੀਆਂ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਬੰਦਗੀ ਦੇ ਵਿੱਚ ਇਸ ਮੰਨ ਨੂੰ ਜੋੜਦੀਆਂ ਹਨ ਜਿਹੜੇ ਜਿਹੜੇ ਮਨ ਜੁੜ ਜਾਂਦੇ ਹਨ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ ਅਕਾਲ ਪੁਰਖ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਜਾਂ ਵਾਲੇ ਸਾਹਿਬ ਸਤਿਗੁਰੂ ਦੇ ਸਮੇਸ਼ ਪਿਤਾ ਜੀ ਦੀ ਜਿਵੇਂ ਸਵਾਸ ਚੱਲਦੇ ਹਨ ਸਾਹ ਚੱਲਦੇ ਹਨ ਪ੍ਰਾਣ ਚੱਲਦੇ ਹਨ ਨਾਮ ਵੀ ਚੱਲਣ ਲੱਗ ਪੈਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਰਾਮ ਦੇ ਰਾਤੇ ਇਹ ਮਨ ਤੁਰਨ ਲੱਗ ਪੈਂਦਾ ਹੈ ਜਦੋਂ ਧਰਮ ਦੇ ਕਰਮ ਕਰੇ ਕੰਮ ਕਰੇ ਤਾਂ ਪਰਮੇ ਅਖਵਾਉਂਦਾ ਹੈ ਜਦੋਂ ਪਾਪ ਕਰਦਾ ਹੈ ਗਲਤੀਆਂ ਕਰਦਾ ਹੈ ਭੁੱਲਾਂ ਕਰਦਾ ਹੈ ਭੈੜੇ ਕੰਮ ਕਰਦਾ ਹੈ ਉਦੋਂ ਪਾਪੀ ਅਖਵਾਉਂਦਾ ਹੈ ਧਰਮ ਕਮਾਵੇ ਤਿਸ ਧਰਮ ਨੂੰ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀ ਹੈ ਪਵਿੱਤਰ ਪਾਵਨ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਸਾਰਿਆਂ ਤੋਂ ਚੰਗਾ ਕਿਹੜਾ ਧਰਮ ਹੈ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ ਵਾਹਿਗੁਰੂ ਜੀ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਇ you alone can celebrate your praises nanak avara na janis koi no one else knows tvaadi badhai tusi aap hi jande ho akal purakh wahguruji tade to bina koi bayan vi nahi kar sakda kyunki rasna nu bulaun wale ਤੰਤੋ ਸਿੰਘ ਹੋ ਨਾ ਜੇ ਬੋਲਾ ਵੇਖੇ ਤੋ ਬੋਲੇ ਹੈ ਸਵਾਮੀ ਕੁਦਰਤ ਕਮਨ ਹਮਾਰੀ ਕੁਦਰਤ ਤਾਕਤ ਨੂੰ ਫਰਮਾਉਂਦੇ ਹਨ ਸਾਡੀ ਕੀ ਤਾਕਤ ਹੈ ਅਸੀਂ ਬੋਲ ਸਕੀਏ ਸਰਬ ਧਰਮ ਮਹ ਸ੍ਰੇਸ਼ਟ ਧਰਮ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਐਕਸਪਲੇਨਸ ਇੰਦਾ ਗੁਰਬਾਣੀ ਆਫ 올 ਰਿਲੀਜੀਅਨਸ ਦਾ ਬੈਸਟ ਰਿਲੀਜੀਅਨ ਸਾਰਿਆਂ ਧਰਮਾਂ ਦੇ ਨਾਲੋਂ ਕਿਹੜਾ ਧਰਮ ਚੰਗਾ ਹੈ ਸਰਬ ਧਰਮਮਹਿ ਸ੍ਰੇਸ਼ਟ ਧਰਮ ਸਾਰਿਆਂ ਨਾਲੋਂ ਸ੍ਰੇਸ਼ਟ ਦਾ ਬੈਸਟ ਰਿਲੀਜੀਅਨ ਹਾਰੇ ਕੋ ਨਾਮ ਜਪ ਨਿਰਮਲ ਕਰਮ ਵਾਹਿਗੁਰੂ 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 ਹਰ ਕੋ ਨਾਮ ਜਪ ਨਿਰਮਲ ਕਰਮ ਸਤਿਗੁਰੂ ਜੀ ਸੇਜ਼ ਇਸ ਤੋਂ ਚਾਂਤ ਦਾ ਨਾਮ ਆਫ ਦਾ ਗੋਡ ਸਤਨਾਮ ਸ੍ਰੀ ਵਾਹਿਗੁਰੂ ਜੀ ਐਂਡ ਮੇਨਟੇਨ ਪਿਓਰ ਕੰਡਕਟ ਵਾਹਿਗੁਰੂ ਵਾਹਿਗੁਰੂ ਜਪ ਕੇ ਸਤਨਾਮ ਸ੍ਰੀ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਕੇ ਜੋ ਜਪਾਇਆ ਹੈ ਕਲਗੀਆਂ ਵਾਲੇ ਬਾਜਾਂ ਵਾਲੇ ਸਤਗੁਰਾਂ ਨੇ ਟੱਲ ਵਰਤਣੀ ਵੀ ਨਹੀਂ ਚਾਹੀਦੀ ਦਿਨ ਰਾਤ ਹੀ ਅਰਧੋ ਪਿਆਰੇ ਨਿਮਖ ਨਾ ਕੀਜੇ ਢੀਲਾ ਇਹ ਨਾ ਮੁੜ ਕੇ ਸਾਹ ਲੱਭਣੇ ਨੇ ਨਾ ਕੋਲ ਇਹ ਸਰੀਰ ਰਹਿਣਾ ਹੈ ਦੇ ਰਹਿਣੀ ਹੈ ਮਨ ਵਖਰਾ ਹੋ ਜਾਵੇਗਾ ਤਨ ਵਖਰਾ ਹੋ ਜਾਵੇਗਾ ਜਦੋਂ ਟਾਈਮ ਆ ਗਿਆ ਮਨ ਕਿਤੇ ਤੇ ਤਨ ਕਿਤੇ ਇਸ ਇਤਨ ਕੋਲੋਂ ਲੋਗ ਡਰਨ ਲੱਗ ਪੈਂਦੇ ਹਨ ਕਾਡੋ ਕਾਡੋ ਹੋਈ ਜਿਨ੍ਹਾਂ ਘਰਾਂ ਵਿੱਚ 100 100 ਤੋਂ ਜ਼ਿਆਦਾ ਸਾਲ ਪੰਦਾ ਰਹਿੰਦਾ ਹੈ ਉਹ ਤੁਮੀ ਕੱਢਣ ਦੇ ਇੰਤਜ਼ਾਮ ਛੇਤੀ ਤੋਂ ਛੇਤੀ ਕੀਤੇ ਜਾਂਦੇ ਹਨ ਕਾਡੋ ਕਾਡੋ ਹੋਈ ਲੈ ਚਲੋ ਲੈ ਚਲੋ ਉਦਾਸ ਨਾ ਹੋਇਆ ਕਰੋ ਕਿਉਂਕਿ ਪਵਿੱਤਰ ਪਾਵਨ ਗੁਰਬਾਣੀ ਜਿਹੜੀ ਹੈ ਉਹ ਮਨ ਨੂੰ ਸਮਝਾਉਂਦੀ ਹੈ ਤਾਂ ਜਾ ਕੇ ਕਿਤੇ ਮਨ ਜਪਦਾ ਹੈ ਸਤਨਾਮ ਸਹਿਵਾ ਹੈ ਗੁਰੂ ਤਾਂ ਆਪਣਾ ਜੀਵਨ ਜਿਹੜਾ ਹੈ ਉਸ ਨੂੰ ਪਵਿੱਤਰ ਕਰਦਾ ਹੈ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਜਦੋਂ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ ਜਨ ਪ੍ਰੇਮ ਕੀ ਹੋਤੈ ਨਹੀਂ ਪ੍ਰਭ ਪਾਇਓ ਵਾਇ ਗੁਰੂ ਜੀ ਦਾ ਨਾਮ ਬੰਦੇ ਦਾ ਇਹ ਸਮਨ ਦਾ ਆਚਰਣ ਜਿਹੜਾ ਹੈ ਜੀਵਨ ਜਿਹੜਾ ਹੈ ਪਵਿੱਤਰ ਬਣਾ ਦਿੰਦਾ ਹੈ ਸਗਲ ਕਿਰਿਆ ਮੈਂ ਉਤਮ ਕਿਰਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਐਕਸਪਲੇਨ ਜਿੰਦਾ ਗੁਰਬਾਣੀ ਸੁਖਮਨੀ ਸਾਹਿਬ ਜੀ ਆਫ ਆਲਰ ਰਿਚੁਅਲਸ ਦਾ ਮੋਸਟ ਸਬਲਾਈਮ ਰਿਚੁਅਲ ਸਾਰੀਆਂ ਰਸਮਾਂ ਨਾਲੋਂ ਸਾਰੀਆਂ ਰਿਵਾਜਾਂ ਨਾਲੋਂ ਨਾਮ ਜਪਣਾ ਇਹ ਉੱਤਮ ਕਿਰਿਆ ਹੈ। ਸਗਲ ਕਿਰਿਆ ਮੈਂ ਉੱਤਮ ਕਿਰਿਆ ਜਿੰਨੀਆਂ ਵੀ ਰੀਤਾਂ ਹਨ ਰਿਵਾਜ ਹਨ ਇਹ ਸਾਰਿਆਂ ਨਾਲੋਂ ਉੱਤਮ ਹੈ। ਉੱਤਮ ਲੋਗ ਹੀ ਇਸ ਨੂੰ ਜਪਦੇ ਹਨ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਇੱਕੇ ਅਰਦਾਸਾਂ ਵਿੱਚ ਕਰਨੀਆਂ ਪੈਂਦੀਆਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਤਿਗੁਰੂ ਜੀ ਕਿਰਪਾ ਕਰੋ ਉੱਤਮ ਮਤ ਮੇਰੇ ਰਦੇ ਤੂੰ ਆਓ ਤਾਂ ਹੀ ਉਹ ਤੇ ਅਰਦਾਸ ਵਿੱਚ ਕਹਿਦਾ ਹੈ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਕਾ ਰੱਖ ਆਪ ਆਕਾਲ ਪੁਰਖ ਵਾਹਿਗੁਰੂ ਜੀ ਸਾਧ ਸੰਗ ਦੁਰਮਤ ਮਲ ਹਿਰਿਆ ਗੁਰੂ ਮਹਾਰਾਜ ਜੀ ਸ ਟੂ ਇਰੇਜ਼ ਦਾ ਫਿਲਥ ਆਫ ਦਾ ਡਰਟੀ ਮਾਈਂਡ ਇਨ ਦਾ ਕੰਪਨੀ ਆਫ ਦਾ ਹੋਲੀ ਇਨ ਦਾ ਸਾਧ ਸੰਗਤ ਸਾਧ ਸੰਗਤ ਵਿੱਚ ਰਹਿ ਕੇ ਸੇਵਾ ਕਰਕੇ ਸਿਮਰਨ ਕਰਕੇ ਕਿਰਤ ਕਮਾਈ ਵੀ ਕਰੋ ਮਿਹਨਤ ਮੁਸ਼ਕਤ ਵੀ ਕਰੋ ਨਾਮ ਵਾਸਤੇ ਵੀ ਮੁਸ਼ਕਲਤ ਕਰੋ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜ ਲੈ ਕੇ ਤੇ ਛੁੱਟੀ ਨਾਲ ਨਾਮ ਜਪਣਾ ਇਹਦੇ ਲਈ ਵੀ ਮੁਸ਼ਕਲਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਆਖਣ ਔਖਾ ਸਾਚਾ ਨਾ ਹੋ ਸੱਚੇ ਵਾਹਿਗੁਰੂ ਜੀ ਦਾ ਨਾਮ ਕਹਿਣਾ ਬੜਾ ਔਖਾ ਹੈ ਹੋਰ ਤਾਂ ਇਹ ਰਸਨਾ ਸਾਰਾ ਦਿਨ ਰਸ ਲੈਦੀ ਰਹਿੰਦੀ ਹੈ ਸਵਾਦ ਲੈਦੀ ਰਹਿੰਦੀ ਹੈ ਇਹਦੀ ਭੁੱਖ ਇਹ ਨਹੀਂ ਮਿਟਦੀ ਅਨੇਕ ਪ੍ਰਕਾਰ ਭੋਜਨ ਬੋ ਵਿੰਜਨ ਤਾਂ ਕਿ ਮਿਟੈ ਨਾ ਭੁੱਖਾ ਸਵੇਰੇ ਕੋਈ ਸਬਜੀ ਦੁਪਹਿਰੇ ਕੋਈ ਸ਼ਾਮ ਨੂੰ ਕੋਈ ਰਾਜਣ ਵਿੱਚ ਨਹੀਂ ਆਉਂਦੀ ਕਾਕੀ ਮਿਟੈ ਨਾ ਭੁੱਖਾ ਜਦੋਂ ਨਾਮ ਜਪਦੀ ਹੈ ਉਦੋਂ ਇਹਦੀ ਭੁੱਖ ਮਿਟਦੀ ਹੈ ਸਾਧ ਸੰਗਤ ਵਿਚ ਆ ਕੇ ਇਹ ਜੀਭਾ ਦੀ ਮੱਤ ਵੀ ਜਿਹੜੀ ਹੈ ਇਹ ਵੀ ਫਿਰ ਪਵਿੱਤਰ ਹੋ ਜਾਂਦੀ ਹੈ ਜੀਭਾ ਦੀ ਮੈਲ ਦੂਰ ਹੋ ਜਾਂਦੀ ਹੈ ਸਾਧ ਸੰਗਤ ਕੀਤੀਆਂ ਸਿਮਰਨ ਕੀਤੀਆਂ ਸਾਧ ਸੰਗ ਗੁਰਮਤ ਮਲ ਹੀਰਿਆ ਜਿੰਨੀ ਮਨ ਦੀ ਮੈਲ ਹੈ ਸਭ ਲੈ ਜਾਂਦੀ ਹੈ the dirty mind in the company of the holy in the sad sangat sagalo uddam mah uddam pala banda uddam karda hai aa kar lamo oh kar lamo pala hai karna me chahiye uddam uddam krendiyan jio to kamaamdiyan sukh ponch ਤੇ ਆਉਣਦਿਆਂ ਤੋਂ ਪ੍ਰਭੂ ਮਿਲਣਾਂ ਨ ਕੋਤਰੀ ਚਿੰਤ ਉਦਮ ਕਰ ਦੁਕਾਨ ਤੇ ਜਾ ਕੰਮ ਤੇ ਜਾ ਫੈਕਟਰੀ ਵਿੱਚ ਜਾ ਜੋ ਵੀ ਤੇਰਾ ਕਾਰੋਬਾਰ ਹੈ ਉਦਮ ਕਰ ਕਮਾਈ ਕਰ ਜੋ ਤੈਨੂੰ ਚਾਹੀਦਾ ਘਰ ਵਿੱਚ ਉਹ ਵੀ ਖਰੀਦ ਲੈ ਉਦਮ ਨਾਲ ਜਿਉਣਾ ਕਰ ਉਦਮ ਕਰਿੰਦਿਆਂ ਜੀਓ ਤੂੰ ਕਮਾਈ ਤੋਂ ਰੋਕਿਆ ਨਹੀਂ ਸਤਿਗੁਰਾਂ ਨੇ ਕਮ ਆਮਦਿਆਂ ਸੁੱਖ ਪਹੁੰਚ ਧੰ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਵੀ ਤੇਰਾ 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 ਕਰਕੇ ਮੋਦੀ ਖਾਨੇ ਵਿੱਚ ਕੰਮ ਕੀਤਾ ਹੈ ਵਾ ਪ੍ਰਭਸਨ ਆਪ ਨਾਰਾਇਣ ਕਲਾ ਉਤਾਰ ਜਗਮਹਿ ਪਰਵਰਿਓ ਤੇਰਾ ਤੇਰਾ ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰ ਦਿੱਤੀਆਂ ਹਿਸਾਬ ਕਿਤਾਬ ਜਦੋਂ ਕੀਤਾ ਗਿਆ ਮਾਇਆ ਪੈਸਾ ਵੱਧ ਗਿਆ ਉਦਮ ਚੰਗਾ ਹੈ ਕਮਾਈ ਕਰ ਉਦਮ ਕਰਦੇ ਆ ਜਿਉ ਤੋਂ ਸੁੱਤਾ ਨਾ ਰਿਆ ਕਰ ਉਦਮ ਕਰਕੇ ਜੀਵਣਾ ਤੇਰਾ ਤਾਂ ਹੈ ਮਿਹਨਤ ਮਸ਼ਕਤ ਕਰਕੇ ਕਮਾਈ ਕਰ ਲਾਵਾ ਜਦੋਂ ਪੜੀ ਦੀਆਂ ਹਨ ਪਹਿਲਾਂ ਸਤਿਗੁਰਾਂ ਨੇ ਕੰਮਕਾਰ ਦੱਸ ਦਿੱਤਾ ਹੈ ਹਰ ਪਹਿਲੜੀ ਲਾਭ ਪਰਵਰਤੀ ਕਰਮ ਦੇ ਰੜਾਇਆ ਬਲਰਾਮ ਜੀਓ ਉਦੋਂ ਉਮਰਾਂ ਵੀ ਜਵਾਨ ਹੁੰਦੀਆਂ ਨੇ ਆਪਣੇ ਚੰਗੇ ਕਰਮ ਕਰੋ ਧਨ ਕਮਾਓ ਆਪਣੀ ਜ਼ਿੰਦਗੀ ਜਿਹੜੀ ਹੈ ਆਉਣ ਵਾਲੀ ਉਹਦੇ ਵਿੱਚ ਆਪਣੇ ਘਰ ਬਣਾਓ ਮਹਿਲ ਬਣਾਓ ਆਪਣੇ ਸਤਿਗੁਰਾਂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਰੱਖੋ ਹਰ ਬਹਿਲੜੀ ਲਾਭ ਪਰਵਿਰਤੀ ਕਰਮਦਰੜਾਇਆ ਬਲਰਾਮ ਜੀ ਚੰਗੇ ਕਰਮ ਕਰਾਂਗੇ ਉਦਮ ਕਰਾਂਗੇ ਕਿਰਤ ਕਮਾਈ ਕਰਾਂਗੇ ਧਨ ਆਇਆ ਵੀ ਆ ਜਾਂਦੀ ਹੈ ਆਲਸ ਕੀਤੇ ਆਂ ਕੁਝ ਵੀ ਪੱਲੇ ਨਹੀਂ ਪੈਂਦਾ ਖਾਲੀ ਰਹਿ ਜਾਂਦਾ ਹੈ ਇਹ ਮਨ ਇਹ ਬੰਦਾ ਇਹ ਤਨ ਹੁਣ ਧੰਗੁਰੂ ਅਰਜਨ ਦੇ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਵਿੱਚ ਸਮਝਾਉਂਦੇ ਹਨ ਉਦਮ ਭਲੇ ਹਨ ਕਰਨੇ ਪੈਂਦੇ ਹਨ ਸਾਗਲ ਉਦਮ ਮਹ ਉਹ ਦਮ ਭਲਾ ਸਾਰਿਆਂ ਉਦਮਾਂ ਦੇ ਵਿੱਚੋਂ ਇਹ ਪਲਾ ਉਦਮ ਹੈ Of all efforts, the best effort Harekanam Japo Sada is to chant the name of the God Satnam Sri Guru. ਵਾਹਿਗੁਰੂ ਜੀ ਜਿਸ ਨੇ ਇੰਦਹਾਟ ਹੋਇਆ ਵਰਤਿ ਦਿਨੇ ਜਪਦਾ ਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਮਨ ਨੂੰ ਕੀ ਆਕਰ ਜਪ ਮਨ ਸਤਨਾਮ ਸਦਾ ਸਤਨਾਮ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਹੁਕਮ ਮੰਨ ਲਿਆ ਕਰ is to chant the name of the god satnam sri wahguru ji in the heart o ever har vele sagal bani mah amrit bani of all speech the most ambrosial speech ਜੋ ਵੀ ਬੰਦਾ ਬੋਲਦਾ ਹੈ ਉਹ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਪੜ ਰਹਾ ਹਾਂ ਇਹ ਗੁਰੂਆਂ ਦੀ ਗੁਰਬਾਣੀ ਹੈ ਸਤਿਗੁਰਾਂ ਦੇ ਮੋਖ ਹਰ ਬਿੰਦ ਤੋਂ ਉਚਾਰਣ ਕੀਤੀ ਹੋਈ ਹੈ ਦੁਨੀਆ ਤੇ ਆਏ ਹੋਏ ਮਨ ਭੁੱਲ ਭੁਲਾ ਜਾਂਦੇ ਹਨ ਕਿੱਥੇ ਸਾਡਾ ਘਰ ਹੈ ਕਿੱਥੋਂ ਅਸੀਂ ਆਏ ਹਾਂ ਕਿੱਥੇ ਅਸੀਂ ਜਾਣਾ ਹੈ ਆਇਓ ਸੋਨਨ ਪੜਨ ਕੋ ਬਾਣੀ ਬਾਣੀ ਨੂੰ ਹੀ ਭੁੱਲ ਜਾਂਦਾ ਹੈ ਇਹ ਮਨ ਚਾਰ ਬਾਣੀਆਂ ਹਨ ਚਾਰੇ ਬਾਣੀ ਚਾਰ ਖਾਨੀਆਂ ਹਨ ਅੰਡਜ ਜੇਰੇਜ ਉਤਪੋ ਜਸੇ ਤਜ ਬੱਕਰੀ ਮਦਮ ਪਸੰਤੀ ਤੇ ਪਰਾਏ ਬਾਣੀਆਂ ਹਨ ਨਿਤਨੇਮ ਦੀਆਂ ਪੰਜ ਬਾਣੀਆਂ ਵਖਰੀਆਂ ਹਨ ਇਹ ਬਾਣੀ ਬੰਦੇ ਦੀ ਅੰਮ੍ਰਿਤ ਹੋ ਜਾਂਦੀ ਹੈ ਜਦੋਂ ਵੀ ਬਾਣੀ ਬੋਲਦਾ ਹੈ ਗੱਲ ਕਰਦਾ ਹੈ ਮੂੰਹ ਵਿੱਚੋਂ ਅੰਮ੍ਰਿਤ ਦੀਆਂ ਧਾਰਾਂ ਵਰਸਦੀਆਂ ਹਨ ਗੁਰਬਾਣੀ ਦੀ ਹੀ ਗੱਲ ਕਰਦਾ ਹੈ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਆਫ 올 ਸਪੀਚ ਦਾ ਮੋਸਟ ਐਬਰੋਸ਼ੀਅਲ ਐਮਬਰੋਸ਼ੀਅਲ ਸਪੀਚ ਨਾਮ ਜਪਿਆ ਕਰ ਬਾਣੀ ਮਿੱਠੀ ਹੋ ਜਾਵੇਗੀ ਕਿਉਂਕਿ ਗੁਰਬਾਣੀ ਮਿੱਠੀ ਹੈ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਰਾਸਨਾਮੀ ਮਿੱਠੀ ਹੋ ਜਾਵੇਗੀ ਹਰ ਕੋ ਜਸ ਸੁਣ ਰਸਨ ਬਖਾਨੀ ਧੰ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨਿੰਗ ਦਾ ਗੁਰਬਾਣੀ ਇਸ ਟੂ ਹਿਅਰ ਦਾ ਲਾਡਸ ਪ੍ਰੇਜ਼ ਅਲਮਾਈਟੀ ਗੋਡਾ ਕਾਲਪੁਰਖ ਵਾਹਿਗੁਰੂ ਜੀਜ਼ ਪ੍ਰੇਜ਼ ਵਾਹਿਗੁਰੂ ਜੀਜ਼ ਪ੍ਰੇਜ਼ ਐਂਡ ਚਾਂਟ ਇਟ ਵਿਦ ਦਾ ਟੰਗ ਕੰਨਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਆਪ ਹੀ ਬੋਲ ਅਤੇ ਆਪ ਹੀ ਸੁਣ ਆਪ ਜੀਬਾ ਨਾਲ ਬੋਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਹਰ ਕੋ ਜਸ ਸੋਣਾ ਰਸਨ ਬਖਾਨੀ ਆਪਣੇ ਰਸਨਾ ਦੇ ਨਾਲ ਬਖਾਨੀ ਆਖਿਆ ਕਰ ਵਾਹਿਗੁਰੂ ਆਪਣੇ ਕੰਨਾਂ ਦੇ ਨਾਲ ਸੁਣਿਆ ਕਰ Har ko jas son rasan bakhani is to hear the almighty gods lords vahigurujis praise and chant it with the tongue ਸਾਗੈਲ ਥਾਨ ਤੇ ਹੋ ਉਹ ਤਮ ਥਾਨ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਸੇਜ਼ ਆਫ ਆਲ ਪਲੇਸਸ ਦਾ ਮੋਸਟ ਸਬਲਾਈਮ ਪਲੇਸ ਸਾਰੀਆਂ ਥਾਵਾਂ ਨਾਲੋਂ ਜਿਹੜਾ ਹਿਰਦਾ ਹੈ irdero pe thaan jede hai dil vich ਸਾਰਿਆਂ ਦੇ ਨਾਲੋਂ ਜਿਸ ਹਿਰਦੇ ਵਿੱਚ ਨਾਮ ਜਪਿਆ ਜਾਂਦਾ ਹੈ ਉਹ ਅਸਥਾਨ ਪਵਿੱਤਰ ਹੈ ਭਾਗਾ ਵਾਲਾ ਹੈ ਕਰਮਾ ਵਾਲਾ ਹੈ ਆਫ 올 ਪਲੇਸਿਸ ਦਾ ਮੋਸਟ ਸਬਲਾਈਮ ਪਲੇਸ ਕੋਈ ਥਾਂ ਨਹੀਂ ਪਵਿੱਤਰ ਨਹੀਂ ਜਿੰਨਾ ਇਹ ਜਿਹੜਾ ਮਨ ਦਾ ਮੰਦਰ ਹੈ ਇਹ ਪਵਿੱਤਰ ਹੈ ਮਨ ਮੰਦਰ ਦਾ ਮਾਈਂਡ ਇਜ਼ ਟੈਂਪਲ ਮਨ ਮੰਦਰ ਇਥੇ ਐਵੇਂ ਮੇਲਾ ਹੋਇਆ ਪਿਆ ਹੈ ਇਹਨੂੰ ਤਾਂ ਮਾਲਕ ਨੇ ਮੰਦਰ ਦਾ ਦਰਜਾ ਦਿੱਤਾ ਹੈ ਮਨ ਮੰਦਰ ਦਾ ਮਾਈਂਡ ਇਜ਼ ਟੈਂਪਲ ਤਨ ਸਾਜੀ ਬਾਹਰ ਦਾ ਬੋਡੀ ਇਜ਼ ਫੈਂਸ ਬਿਲਟ ਅਰਾਊਂਡ ਹੱਥ ਕੰਨ ਅੱਖਾਂ ਇਹ ਜਿੰਨੇ ਅੰਗ ਹਨ ਇਹ ਸਾਰੇ ਪ੍ਰੋਟੈਕਸ਼ਨ ਵਾਸਤੇ ਹਨ ਇਹ ਫੈਂਸ ਹੈ ਬੰਦਾ ਤੋੜ ਵੈਂਦਾ ਹੱਥਾਂ ਨਾਲ ਮਾਰੇ ਕੰਮ ਕਰ ਵੈਂਦਾ ਅੱਖਾਂ ਨਾਲ ਮਾੜਾ ਦੇਖ ਵੈਂਦਾ ਕੰਨਾਂ ਨਾਲ ਨਿੰਦਾ ਚੁਗਲੀ ਸੁਣ ਵੈਂਦਾ ਹੈ ਪੈਰਾਂ ਨਾਲ ਬੁਰੀਆਂ ਰਾਹਾਂ ਤੇ ਤੁਰ ਪੈਂਦਾ ਹੈ ਫੈਂਸ ਟੁੱਟ ਜਾਂਦੀ ਹੈ ਉੱਲਹੀ ਜਾਂਦਾ ਹੈ ਮੇਰਾ ਮਨ ਤੇ ਮੰਦਰ ਹੈ ਆਪ ਤੁਸੀਂ ਪੜਨਾ ਮਨ ਮੰਦਰ ਤਨ ਸਾਜੀ ਬਾਹਰ ਆ ਜਿਹੜੀ ਬਾਡੀ ਹੈ ਐਂਸ ਹੈ ਆਫ ਆਲ ਪਲੇਸਸ ਦਾ ਮੋਸਟ ਸਬਲਾਈਂਡ ਪਲੇਸ ਉਹ ਹਿਰਦਾ ਉਹ ਥਾਂ ਉਹ ਅਸਥਾਨ ਪਵਿੱਤਰ ਹੈ ਨਾਨਕ ਜਿਹ ਘਟ ਵਸੈ ਹਰ ਨਾਮ ਤਨ ਗੁਰੂ ਨਾਨਕ ਦੇਵ ਮਹਾਰਾਜੀ ਸੇ ਜਨਾਨਕ ਇਸ ਥੈਟ ਹਾਰਟ ਇਨ ਵਿੱਚ ਦਾ ਨੇਮ ਆਫ ਦਾ ਗੋਡ ਵਾਹਿਗੁਰੂ ਜੀ ਅਬਾਈਡਸ ਉਹ ਨਾਨਕ ਇਜ਼ ਥੈਟ ਹਾਰਟ ਇਨ ਵਿੱਚ ਦਾ ਨੇਮ ਆਫ ਦਾ ਗੋਡ ਅਲਮਾਈਟੀ ਗੋਡ ਅਕਾਲ ਪੁਰਖ ਜੀ ਆਬਾਈਡਸ ਉਹ ਹਿਰਦਾ ਜਿਹੜਾ ਹੈ ਪਵਿੱਤਰ ਹੈ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਵਸਦੇ ਹਨ ਅਕਾਲ ਪੁਰਖ ਜੀ ਵਸਦੇ ਹਨ ਜਿਹੜੀ ਜੀਭਾ ਦੇ ਨਾਲ ਨਾਮ ਜਪਿਆ ਜਾਂਦਾ ਹੈ ਕੰਨਾਂ ਨਾਲ ਸੁਣਿਆ ਜਾਂਦਾ ਹੈ ਉਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਆਵਾਸਾ ਹੈ ਸੋ ਲੋਕ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸਮਾਲ ਸਤ ਲੋਕ ਦੇ ਬਚਨ ਹਨ ਪਵਿੱਤਰ ਗੁਰਬਾਣੀ ਹੈ ਸੁਖਮਨੀ ਸਾਹਿਬ ਜੀ ਦੀ ਕਨ ਗੁਰੂ ਅਰਜਨ ਦੇ ਮਹਾਰਾਜ ਜੈ ਐਕਸਪਲੇਨ ਕਰਦੇ ਹਨ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸਮਾਲ ਯੂ ਅਰਥ ਲੈਸ ignorant fool develop on god wahe guru ji forever jin kiyat sachi it rakh jin kiyat sachi it rakh nanak nibhi nal satguru ji says cherish in your consciousness ਦਾ ਵਨ ਹੂ ਕ੍ਰੀਏਟਡ ਯੂ ਅਨੰਕ ਹੀ ਅਲੋਨ ਸ਼ਲ ਗੋ ਅਲੋਂਗ ਵਿਦ ਯੂ ਜਿਸ ਵਾਹਿਗੁਰੂ ਜੀ ਨੇ ਅਕਾਲ ਪੁਰਖ ਜੀ ਨੇ ਤੈਨੂੰ ਪੈਦਾ ਕੀਤਾ ਹੈ ਮਾਂ ਦੀ ਕੱਖ ਵਿੱਚ ਨੌਂ ਦਸਾਂ ਮਹੀਨਿਆਂ ਵਿੱਚ ਤੇਰੀ ਘੜਤ ਘੜ ਦਿੱਤੀ ਹੈ ਕਿੰਨਾ ਸੁੰਦਰ ਸੋਹਣਾ ਬਣਾਇਆ ਹੈ ਤੈਨੂੰ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਹੱਥੋ ਹੱਥ ਸਾਰੇ ਚੁੱਕੀ ਫਿਰਦੇ ਹਨ ਮਾਂ ਕਹਿੰਦੀ ਹੈ ਮੇਰਾ ਪੁੱਤਰ ਹੈ ਮੈਂ ਜਨਮ ਦਿੱਤਾ ਹੈ ਚੁੱਕੀ ਸਾਰੇ ਫਿਰਦੇ ਹਨ ਹੱਥੋ ਹੱਥ ਨਚਾਈਏ ਪ੍ਰਾਣੀ ਪ੍ਰਾਣੀ ਤਾਂ ਕਿਹ ਸਾਹ ਆਉਂਦੇ ਨੇ ਮਾਤ ਕਹੈ ਸੁਤ ਮੇਰਾ ਉਸ ਵੈਗੁਰੂ ਨੂੰ ਆਪਣੇ ਜਿੱਤ ਵਿੱਚ ਰੱਖਣਾ ਕਰ ਉਹੀ ਉਤਰੀ ਨਾਲ ਨੇ ਬੇਗਾ ਹਰ ਜਗ੍ਹਾ ਤੇ ਆਸ਼ਟਪਦੀ ਰਮਾਇਆ ਕੇ ਗੁਣ ਚੇਤ ਪਰਾਨੀ ਥਿੰਕ ਆਫ ਦਾ ਗਲਰੀ ਆਫ ਦਾ ਆਲਪਰਵਾਇਡਿੰਗ ਅਲਮਾਈਟੀ ਗੋਡ ఓ ਮਰਟਲ ਐ ਮਨਾਉ ਸਵਾਹਿਗੁਰੂ ਦੇ ਗੁਣ ਗਾਇਆ ਕਰ ਰਮਈਆ ਜੋ ਰਮੇ ਹੋਏ ਹਨ ਸਾਰਿਆਂ ਦੇ ਵਿੱਚ ਤਾਈਓ ਤੇ ਸਾਰੇ ਸਾਹ ਲੈ ਰਹੇ ਹਨ ਮਾਲਕ ਦੇ ਕਿੰਨੇ ਗੁਣ ਹਨ ਬਾਰ ਬਵਸਥਾ ਤੁਜੇ ਪਿਆਰੇ ਦੁੱਧ ਪਰ ਜੋ ਬਨ ਭੋਜਨ ਸੁਖਸੂਦ ਨਿੱਕੇ ਜੈਨ ਨੂੰ ਦੁੱਧ ਦਿੰਦੇ ਨੇ ਬੋਤਲਾਂ ਤੋਂ ਧੋਕੇ ਨਿਪਲ ਤੋਂ ਧੋਕੇ ਮਾਂ ਦੁੱਧ ਦਿੰਦੀ ਹੈ ਸਾਰਾ ਪਰਿਵਾਰ ਚੁੱਕੀ ਫਿਰਦਾ ਹੈ ਇਹ ਗੁਣ ਮਾਲਕ ਨੇ ਬਖਸ਼ਿਸ਼ ਕੀਤੇ ਹਨ ਜਿਨਨੇ ਇਹਨੇ ਗੁਣ ਤੈਨੂੰ ਲਾ ਦਿੱਤੇ ਹਨ ਤੇਰੇ ਇੰਤਜ਼ਾਮ ਕਰ ਦਿੱਤੇ ਹਨ ਉਹਨੂੰ ਯਾਦ ਕਰਿਆ ਕਰ ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਕਮਨ ਮੋਲ ਤੇ ਕਮਨ ਦ੍ਰਿਸ਼ਟਾਨੀ ਵਾਟ ਇਜ਼ ਯੂਰ ਔਰਿਜਿਨ ਐਂਡ ਵਾਟ ਇਜ਼ ਯੂਰ ਅਪੀਅਰੈਂਸ ਕਿਸ ਮੂਲ ਤੋਂ ਅਕਾਲ ਪੁਰਖ ਜੀ ਨੇ ਤੈਨੂੰ ਉਹ ਕਮ ਕਰਦੇ ਹਨ ਸਤਿਗੁਰੂ ਜੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰਾ ਮੂਲ ਕੀ ਸੀ ماں ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰਿਆ ਪਾਰਾ ਆਪਣੇ ਮੂਲ ਵੱਲ ਤੱਕ ਪਿਤਾ ਦੀ ਬੂੰਦ ਤੋਂ ਬਿੰਦ ਤੇ ਜਨ ਪਿੰਡ ਕੀਆ ਐਡਾ ਸੋਡਾ ਸੋਨਾ ਪਿੰਡ ਬਣਾ ਦਿੱਤਾ ਹੱਥ ਪੈਰ ਅੱਖਾਂ ਨੱਕ ਕੇਸ ਕਦੀ ਮੂਲ ਵੱਲ ਤੱਕ ਲਿਆ ਕਰ ਤੇਰਾ ਮੂਲ ਕੀ ਹੈ ਮਨ ਕੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਾਟ ਇਜ਼ ਯੂਅਰ ਔਰੀਜਿਨ ਐਂਡ ਵਾਟ ਇਜ਼ ਯੂਅਰ ਅਪੀਅਰੈਂਸ ਤੇਰਾ ਮੁੱਢ ਕੀ ਹੈ ਤੇ ਤੂੰ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਿੰਨੇ ਸੋਹਣੇ ਕੱਪੜੇ ਪਾਉਂਦਾ ਹੈ ਅਕਰ ਫਲੇਲ ਕਿੰਨੇ ਸੈਂਟ ਮਲਦਾ ਹੈ ਮੇਰੇ ਕੋਲ ਕੋਈ ਆਵੇ ਉਹਨੂੰ ਵਾਸਨਾ ਆਵੇ। ਉਸ ਸਮਾਲਕ ਨੂੰ ਯਾਦ ਕਰਿਆ ਕਰ ਆਕਾਲ ਪੁਰਖ ਜੀ ਨੂੰ ਵਾਹਿਗੁਰੂ ਜੀ ਨੂੰ। ਜਿਨ ਤੂੰ ਸਾਜ ਸਵਾਰ ਸਿੰਗਾਰਿਆ ਜਿਸ ਮਾਲਕ ਨੇ ਤੈਨੂੰ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਸਿੰਗਾਰਿਆ। ਹੀ ਹੂ ਫੈਸ਼ਨ ਅਡੋਨਡ ਐਂਡ ਡੈਕੋਰੇਟਿਡ ਯੂ ਜਿਸ ਵਾਏ ਗੁਰੂ ਨੇ ਤੈਨੂੰ ਸਵਾਰਿਆ ਸਾਜਿਆ ਬਣਾਇਆ ਹੱਥ ਬਣਾਏ ਪਲਕਾਂ ਬਣਾਈਆਂ ਸੁੰਦਰ ਕੰਨ ਬਣਾਏ ਨਿੱਕੇ ਹੁੰਦੇ ਤੇ ਤੇਰੇ ਕੱਪੜੇ ਨਾ ਵੀ ਪਾਏ ਹੋਣ ਤਾਂ ਵੀ ਤੂੰ ਕਿੰਨਾ ਸੋਹਣਾ ਲੱਗਦਾ ਇਹ ਸੋਹਣਾ ਕਿੰਨੇ ਬਣਾਇਆ ਅਕਾਲ ਪੁਰਖ ਜੀ ਨੇ ਤੇਰੀ ਮਾਂ ਦੀ ਕੁੱਖ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਇਮਾਨ ਦੀ ਕੁੱਖ ਵਿੱਚ ਅੱਗ ਬਲਦੀ ਸੀ ਉੱਥੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਗਾਰੇਬ ਅਗਨਮਹਿ ਜਿਨਹੈ ਉਹ ਬਾਰਿਆ ਇਨ ਦਾ ਫਾਇਰ ਆਫ ਦਾ ਬੂਮ ਵਾਹਿਗੁਰੂ ਜੀ ਅਕਾਲ ਪੁਰਖ ਜੀ ਹੀ ਪਾਜ਼ ਆਡੀਓ ਮਾਂ ਦੀ ਕੋਖ ਵਿੱਚ ਤੇਰੀ ਰੱਖਿਆ ਕੀਤੀ ਹੈ ਬਲਦੀ ਅੱਗ ਵਿੱਚ ਸਭ ਕੁਝ ਬਲ ਗਿਆ ਪਰ ਤੈਨੂੰ ਬਚਾਇਆ ਹੈ ਮਾਲਕ ਨੇ ਬਾਹਰ ਆ ਕੇ ਕਿਉਂ ਭੁੱਲ ਗਿਆ ਵਾਹਿਗੁਰੂ ਜੀ ਨੂੰ ਬਾਹਰ ਵਿਵਸਥਾ ਤੋ ਜਹ ਪਿਆ ਰਹਿ ਤੂੰ ਇਨ ਯੋਰ ਐਨ ਫੈਂਸੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਗੇ ਯੂ ਮਿਲਕ ਟੂ ਡਰਿੰਕ ਬਾਲ ਉਮਰ ਵਿੱਚ ਇਨਫੈਂਸੀ ਉਹ ਜਿਹੜੀ ਉਮਰ ਸੀ ਜਦੋਂ ਤੈਨੂੰ ਸਾਰੇ ਚੁੱਕੀ ਫਿਰਦੇ ਸਨ ਮਾਂ ਵੀ ਬੜਾ ਪਿਆਰ ਕਰਦੀ ਸੀ ਉਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਮਾਂ ਦੇ ਕੋਲੋਂ ਵੀ ਦੁੱਧ ਮਿਲਦਾ ਰਿਹਾ ਹੈ ਪਹਿਲੋਂ ਦੇਤਾ ਰਿਜਕ ਸੰਭਾਹ ਪਿਠੋਂ ਦੇਤਾ ਜਨ ਤੋਂ ਪਾ ਜਨਮ ਤੇ ਮਗਰੋਂ ਆਇਆ ਮਾਲਕ ਨੇ ਤੇਰੀ ਮਾਂ ਨੂੰ ਤੇਰਾ ਦੁੱਧ ਪਹਿਲੇ ਦੇ ਦਿੱਤਾ ਹੈ ਭਰ ਜੋਬਨ ਭੋਜਨ ਸੁਖ ਸੋਧ ਇੰਦਾ ਫਲਾਵ ਯੂਰ ਯੂਥ ਵਾਹਿਗੁਰੂ ਜੀ ਹੀ ਗੇਵ ਯੂ ਫੂਡ ਪ੍ਰੇਅਰ ਐਂਡ ਅੰਡਰਸਟੈਂਡਿੰਗ ਮਾਲਕ ਨੇ ਆਟਾ ਦਾਲ ਪ੍ਰਸ਼ਾਦਾ ਜਿਵੇਂ ਜਿਵੇਂ ਵੱਡਾ ਹੋਇਆ ਹੈ ਸਾਰੇ ਭੋਜਨ ਤੈਨੂੰ ਦੇ ਦਿੱਤੇ ਤਾਂ ਕਿ ਤੂੰ ਸੁਖੀ ਰਵੇਂ ਤੇ ਤੈਨੂੰ ਸੋਧ ਬੋਧ ਵੀ ਦੇ ਦਿੱਤੀ ਪਤਾ ਵੀ ਲੱਗ ਗਿਆ ਆ ਦਾਲ ਹੈ ਆ ਪਾਜੀ ਹੈ ਆ ਸਬਜੀ ਹੈ ਆ ਮੱਖਣ ਹੈ ਆ ਕੇਓ ਹੈ ਅੰਡਰਸਟੈਂਡਿੰਗ ਵੀ ਤੈਨੂੰ ਦੇ ਦਿੱਤੀ ਸਮਝ ਵੀ ਤੈਨੂੰ ਦੇ ਦਿੱਤੀ ਬਿਰਧ ਪਿਆ ਉਪਰ ਸਾਖ ਸੈਨ ਐਸ ਯੂ ਗ로우 올ਡ ਫੈਮਿਲੀ ਐਂਡ ਫਰੈਂਡਸ ਆਰ देयर ਟੂ ਫੀਡ ਯੂ ਐਸ ਯੂ ਰੈਸਟ ਜਦੋਂ ਤੂੰ ਬਿਰਧ ਹੋ ਗਿਆ ਮੰਜੀ ਤੇ ਪਿਆ ਰਹਿੰਦਾ ਹੈ ਤਨ ਪੋਤਰੇ ਦਿੱਤੇ ਪੜੋਤਰੇ ਦਿੱਤੇ ਪੁੱਛਦੇ ਹਨ ਬਾਪੂ ਜੀ ਦਾਦਾ ਜੀ ਕੋਈ ਚਾਹੀਦਾ ਮੂੰਹ ਦੇ ਵਿੱਚ ਵੀ ਭੋਜਨ ਪਾ ਦਿੰਦੇ ਹਨ ਕਿਉਂਕਿ ਉਸ ਵੇਲੇ ਹੱਥ ਕੰਬਦੇ ਹਨ ਹੱਥ ਕੰਮ ਨਹੀਂ ਕਰਦੇ ਜਿਹੜੀਆਂ ਉਂਗਲਾਂ ਕੰਪਿਊਟਰ ਚਲਾਉਂਦੀਆਂ ਹਨ ਵਾਜੇ ਵਜਾਉਂਦੀਆਂ ਹਨ ਜਿੱਦੇ ਮੈਂ ਵਜਾਂਦਾ ਗੁਰੂ ਘਰ ਵਿੱਚ ਉਹ ਉਂਗਲਾਂ ਉਸ ਦਿਨ ਸਾਥ ਨਹੀਂ ਦਿੰਦੀਆਂ ਬਿੰਗੀਆਂ ਹੋ ਜਾਂਦੀਆਂ ਹਨ ਉਰਾਂਗ ਨਹੀਂ ਰਹਿ ਜਾਂਦੇ ਉਮਰ ਬਦਲਦੀ ਜਾਂਦੀ ਹੈ ਚਾਈਲਡ ਵਿਜ਼डम ਕੇ ਇਸ ਨੋਟ ਫॉर ਐਨੀਥਿੰਗ ਹੀ ਪਾਸਸ ਹਿਸ ਟਾਈਮ ਇੰਜੋਏ ਫੁਲ ਪਲੇ ਫੁਲ ਐਕਟੀਵਿਟੀ ਭਾਰ ਜੋਬਨ ਪਰਮਾਈਏ ਪਰ ਤਨ ਤਨ ਪਰ ਨਿੰਦ ਲੁਭਾਵੈ ਇਨ ਯੂਥਫੁਲ ਡੇਸ ਹੀ ਇਜ਼ ਅਟਰੈਕਟਡ ਬਾਈ ਦਰ ਬੋਡੀ ਵੈਲਥ ਐਂਡ ਬੈਕ ਪਾਇੰਟਿੰਗ ਬਰਦ ਹਵਾ ਜੰਜਾਲ ਵਿੱਚ ਮਹਾ ਜਾਲ ਪਰਿਵਾਰ ਫਹਾਵੇ ਬੱਚਿਆਂ ਵਿੱਚ ਪਰਿਵਾਰ ਵਿੱਚ ਵੀ ਬੁੱਢਾ ਹੋ ਜਾਂਦਾ ਹੈ ਖਿਮਾ ਕਰਨਾ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਬਾਹਰ ਵੱਲ ਚਲਾ ਗਏ ਆ ਹਾਂ ਇਨ 올ਡ ਏਜ ਹੀ ਇਜ਼ ਕਾਟ ਇਨ ਦਾ ਲਾਰਜ ਵੈਬ ਫੈਮਿਲੀ ਆਫ ਹੈ ਸਤਰ ਕਾ ਮਾਤੇ ਹੀਣ man none to be 72 he becomes frail and wisdomless onwise anna bola pingla tan thakka man da dastave ultimately turns blind deaf and lame and though the body gets tied aa hath pair mud jande han gitte mud jande han jinna hathana sari umar vajje bajayeo ungla hi mud jandiyan han angothe mud jande han ultimately turns blind deaf jin aankhan nal puri jandi keedi disdi si oh aankhan vi hori tarah ho gayian kujh nahi nazar aunda known to be seventy two he blinds he becomes frail k doctor da sharir onda si para suk ke teela ho gaya ਬੜਿਆ ਕਰੋ ਵਾਰ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੋਨ ਟੂ ਬੀ 72 ਹੀ ਬਿਕਮਸ ਫੇਲ ਐਂਡ ਵਿਜ਼ਡਮਲੈਸ ਅਨਵਾਈਜ਼ ਅੰਨਾ ਬੋਲਾ ਪਿੰਗਲਾ ਕੰਬਾ ਨਾਲ ਲੱਗ ਲੱਗ ਕੇ ਚੁਗਲੀ ਨਿੰਦਿਆਏ ਕੰਨ ਸੁਣਦੇ ਸੀ ਅੱਜ ਕੁਝ ਵੀ ਨਹੀਂ ਸੁਣਦਾ ਇਨਾ ਕੰਨ ਅੱਖਾਂ ਤੋਂ ਕੁਝ ਨਹੀਂ ਦਿਸਦਾ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਾ ਦਿਸਤਾ ਵੇ ਬਿਰਧ ਪਿਆ ਉਹ ਪ੍ਰਸਾਖ ਸੈਨ ਮੁਖ ਆਪਿ ਆਓ ਬੈਠ ਕੋ ਦਿਨ ਤੈਨੂੰ ਬੈਠੇ ਨੂੰ ਸਾਰਾ ਕੁਝ ਦਿੰਦੇ ਹਨ ਇਹ ਇੰਤਜ਼ਾਮ ਜਿਹਨੇ ਕੀਤੇ ਨੇ ਉਹਦਾ ਨਾਮ ਜਪ ਲਿਆ ਕਰ ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੀ ਸੇਵਾ ਇੰਨੀ ਹੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਜੀ ਵੀ ਐਲ ਗੁਰਬਾਣੀ ਸੇਵਾ ਤੋਂ ਦਾਸ ਦਿਲਬਾਗ ਸਿੰਘ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਲ ਵਰਲਡ ਦੀਆਂ ਸੰਗਤਾਂ ਵਾਸਨੋ ਖਿਮਾ ਕਰਦੇ ਨੇ ਬੜੀਆਂ ਭੁੱਲਾਂ ਮੇਰੇ ਕੋਲੋਂ ਹੋ ਜਾਂਦੀਆਂ ਹਨ ਬਖਸ਼ ਦੇਣ ਸੰਗਤ ਰੱਬ ਦਾ ਰੂਪ ਹੈ ਸੰਗਤ ਰੱਬ ਦਾ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ